ਤੁਸੀਂ ਕਹਿੰਦੇ ਆ ਡੰਡਾ ਹੈ ਨਹੀਂ ਜਾਂ ਕੋਈ ਚੀਜ਼ ਹੈ ਨਹੀਂ, ਸੋਸ਼ਲ ਮੀਡੀਆ ਤਾਂ ਦਿਸ ਹੀ ਜਾਂਦਾ, ਬਟ ਸੋਟੀਆਂ ਫੜੀਆਂ ਹੋਈਆਂ, ਇੱਕ ਨੇ ਕੁਰਸੀ ਚੱਕੀ ਉਹ ਉਹਨਾਂ ਦੇ ਬੰਦੇ ਜਿਹੜੇ ਪੁਰਾਣੇ ਆਪਰੇਟਰ ਆ ਉਹਨਾਂ ਵੱਲੋਂ ਦੋਸ਼ ਲੱਗ ਰਿਹਾ ਕਿ ਤੁਸੀਂ ਧੱਕੇ ਨਾਲ ਕਬਜ਼ਾ ਕੀਤਾ, ਧੱਕੇ ਨਾਲ ਪ੍ਰਧਾਨ ਥੋਪਿਆ ਗਿਆ, ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਸਿਕਿਉਰਿਟੀ ਕਿੰਨੀ ਹੈ ਇੱਥੇ? 31,000 ਦੱਸ ਦੇ ਸ਼ਾਇਦ। ਦੇਖੋ ਜੀ, ਅਸੀਂ 31,000 ਰੁਪਇਆ ਰੱਖੀ ਆ, ਅਸੀਂ ਹੋ ਸਕਦਾ ਉਹਦੇ 'ਚੋਂ ਅਸੀਂ ਘਟਾ ਵੀ ਦਈਏ, ਸਾਡਾ ਅਸੀਂ ਰੁਜ਼ਗਾਰ ਦੇਣਾ ਲੋਕਾਂ ਨੂੰ, ਅਸੀਂ ਸਾਡਾ ਕੋਈ ਪੈਸੇ ਖਾਣ ਦਾ ਮਸਲਾ ਨਹੀਂ ਗਾ। 5-10 ਜਣੇ ਸੀ ਜਿਨ੍ਹਾਂ ਨੇ ਮਤਲਬ ਕਿ ਵੀ ਇਸ ਚੀਜ਼ ਦਾ ਸਾਡਾ ਵਿਰੋਧ ਕਰਿਆ ਵੀ ਜੇ ਪ੍ਰਧਾਨ ਬਣ ਗਏ ਇਹਨਾਂ ਨੇ ਖਾਣਾ ਕੁਛ ਨਹੀਂ ਤਾਂ ਸਾਡਾ ਜਿਹੜਾ ਤੋਰੀ ਫੁਲਕਾ ਖਤਮ ਹੋ ਜੂਗਾ। ਨਮਸਕਾਰ, ਤੁਸੀਂ ਦੇਖ ਰਹੇ ਹੋ ਪ੍ਰਾਈਮ ਅਤੇ ਮੈਂ ਹਾਂ ਸੁਨੀਲ ਜੰਦਲ। ਟਰੱਕ ਯੂਨੀਅਨ ਅਤੇ ਆਪ ਵਿਧਾਇਕ ਔਰ ਉਹਨਾਂ ਦੇ ਵਰਕਰ ਔਰ ਉਹਨਾਂ ਦੇ ਨਾਲ ਪੁਲਿਸ ਨੂੰ ਲੈ ਕੇ ਕਬਜ਼ਾ ਕੀਤਾ ਗਿਆ, ਇਹ ਕਹਿਣਾ ਟਰੱਕ ਯੂਨੀਅਨ ਦੇ ਪੁਰਾਣੇ ਆਪਰੇਟਰਾਂ ਦਾ। ਉਹਨਾਂ ਦਾ ਕਹਿਣਾ ਕਿ ਆਪ ਵਿਧਾਇਕ ਨੇ ਖੁਦ ਕਬਜ਼ਾ ਕਰਵਾਇਆ। ਸੋ ਸਾਡੇ ਨਾਲ ਸਰਦਾਰ ਜਸਵੰਤ ਸਿੰਘ ਜੀ ਜੁੜੇ ਆ, ਜੋ ਟਰੱਕ ਯੂਨੀਅਨ ਦੇ ਵਾਈਸ ਪ੍ਰਧਾਨ ਹੈ, ਗੱਲਬਾਤ ਕਰਦੇ ਇਹਨਾਂ ਨਾਲ। ਪ੍ਰਧਾਨ ਜੀ, ਤੁਹਾਡੇ ਅਤੇ ਜਿਹੜੇ ਪੁਰਾਣੇ ਆਪਰੇਟਰ ਆ ਉਹਨਾਂ ਵੱਲੋਂ ਦੋਸ਼ ਲੱਗ ਰਿਹਾ ਕਿ ਤੁਸੀਂ ਧੱਕੇ ਨਾਲ ਕਬਜ਼ਾ ਕੀਤਾ, ਧੱਕੇ ਨਾਲ ਪ੍ਰਧਾਨ ਥੋਪਿਆ ਗਿਆ, ਕੀ ਕਹਿਣਾ ਤੁਹਾਡਾ ਇਹਦੇ ਬਾਰੇ? ਨਹੀਂ, ਇਹ ਤਾਂ ਨਹੀਂ ਹੈਗੀ ਵੀ ਅਸੀਂ ਧੱਕੇ ਨਾ ਕਰਿਆ ਜੀ। ਸਾਡੇ ਨਾਲ ਸਾਰੇ ਆਪਰੇਟਰ ਸਾਡੇ ਨਾਲ ਸੀਗੇ ਜੀ ਜੀ। ਕੁਝ ਕੁ ਅੰਸਰ ਹੈ ਜਿਨ੍ਹਾਂ ਨੇ, ਜਿਨ੍ਹਾਂ ਦਾ ਖਾਣ ਬੰਦ ਹੁੰਦਾ ਸੀਗਾ ਜੀ, ਉਹਨਾਂ ਨੇ ਥੋੜ੍ਹਾ ਜਿਹਾ 5-10 ਜਣੇ ਸੀ ਜਿਨ੍ਹਾਂ ਨੇ ਮਤਲਬ ਕਿ ਵੀ ਇਸ ਚੀਜ਼ ਦਾ ਸਾਡਾ ਵਿਰੋਧ ਕਰਿਆ ਵੀ ਜੇ ਪ੍ਰਧਾਨ ਬਣ ਗਏ ਇਹਨਾਂ ਨੇ ਖਾਣਾ ਕੁਛ ਨਹੀਂ ਤਾਂ ਸਾਡਾ ਜਿਹੜਾ ਤੋਰੀ ਫੁਲਕਾ ਖਤਮ ਹੋ ਜੂਗਾ ਜੀ ਜੀ। ਅਸੀਂ ਉਹਨਾਂ ਦੇ, ਸਾਡੇ ਤਾਂ ਕੋਈ ਧੱਕੇ ਵਾਲੀ ਕੋਈ ਗੱਲ ਹੀ ਨਹੀਂ ਸਾਡੇ। ਤੁਸੀਂ ਕਿਤੇ ਵੀ ਜਿੰਨੇ ਵੀ ਸਾਡੇ ਨਾਲ ਵਰਕਰ ਸੀ ਜਾਂ ਕੋਈ ਜਾਂ ਆਪਰੇਟਰ ਸੀ, ਕਿਸੇ ਕੋਲ ਕੋਈ ਡੰਡਾ ਨਹੀਂ ਕੁਛ ਨਹੀਂ ਸੀ, ਸਗੋਂ ਉਹ ਜਿਹੜੇ ਸੀ ਉਹਨਾਂ ਨੇ ਹੀ ਮਤਲਬ ਕਿ ਸਾਡੇ 'ਤੇ ਬੰਦਿਆਂ 'ਤੇ ਵਾਰ ਕਰਿਆ, ਅਤੇ ਉਹ ਜਿਨ੍ਹਾਂ ਨੇ ਕਰਿਆ ਸੀ ਉਹਨਾਂ ਨੂੰ ਵੀ ਉਹਨਾਂ ਨੇ ਜਵਾਬ ਦਿੱਤਾ, ਕੋਈ ਐਡੀ ਗੱਲ ਹੈ ਨਹੀਂ ਕੋਈ। ਨਹੀਂ, ਤੁਸੀਂ ਕਹਿੰਦੇ ਡੰਡਾ ਹੈ ਨਹੀਂ ਜਾਂ ਕੋਈ ਚੀਜ਼ ਹੈ ਨਹੀਂ, ਸੋਸ਼ਲ ਮੀਡੀਆ 'ਤੇ ਦਿਸ ਹੀ ਜਾਂਦਾ, ਬਟ ਸੋਟੀਆਂ ਫੜੀਆਂ ਹੋਈਆਂ, ਇੱਕ ਨੇ ਕੁਰਸੀ ਚੱਕੀ। ਉਹ ਉਹਨਾਂ ਦੇ ਬੰਦੇ ਸੀ, ਉਹਨਾਂ ਦੇ ਬੰਦੇ ਸੀ। ਹਾਂ, ਸਾਡੇ ਕਿਸੇ ਵੀ ਆਪਰੇਟਰ ਕੋਈ ਸਾਬਤ ਕਰਦੇ, ਮੈਂ ਮਤਲਬ ਕਿ ਦੇਣ ਨੂੰ ਤਿਆਰ ਹਾਂ। ਅਸੀਂ ਤਾਂ ਮਤਲਬ ਕਿ ਇੱਕ ਬੇਨਤੀ, ਅਸੀਂ ਮਤਲਬ ਕਿ ਦੇਖੋ ਮੈਨੂੰ, ਮੈਂ ਮਤਲਬ ਕਿ ਵਾਈਸ ਪ੍ਰਧਾਨ ਮੈਨੂੰ ਚਲੋ ਸੇਵਾ ਲਾਈ ਗਈ, ਮੈਂ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਹੈ ਜੀ ਜੀ, ਮੇਰੇ ਕੋਲ ਗੱਡੀਆਂ ਵੀ ਹੈ, ਮੈਨੂੰ ਗੱਡੀਆਂ ਦੀਆਂ ਸਮੱਸਿਆ ਦਾ ਵੀ ਪਤਾ ਹੈ। ਮੈਂ ਇਹਨਾਂ ਦੇ ਬਾਰੇ ਮੰਗ ਅੱਜ ਤੋਂ ਜਿੰਦਾ, ਮੈਂ 30 ਸਾਲ ਹੋ ਗਏ ਇਹਨਾਂ ਦੇ ਹੱਕ 'ਚ ਵੀ ਬੋਲਦਾ ਰਿਹਾ ਜੀ ਜੀ, ਅਤੇ ਸਾਰੀਆਂ ਗੱਲਾਂ ਜੀ। ਪਰ ਉਹ ਜਿਹੜੇ ਕੁਸ ਕਾਂਸਰ ਜਿਹੜੇ ਖਾਣ ਪੀਣ ਵਾਲੇ ਸੀ, ਉਹਨਾਂ ਦੇ ਭਾਅ ਦੀ ਬਣ ਗਈ ਵੀ ਅੱਜ ਜਸਵੰਤ ਸਿੰਘ ਆ ਗਿਆ, ਅੱਜ ਇਹਨੇ ਹੁਣ ਸਾਨੂੰ ਜਿਹੜਾ ਅਸੀਂ ਅੱਗੇ ਚੋਰੀ ਚੱਪਾ ਜੋ ਵੀ ਕਰਦੇ ਸੀ, ਉਹ ਹੁਣ ਸਾਨੂੰ ਘਰ ਨਹੀਂ ਦੇਣਾ, ਬਸ ਆਹੀ ਮਸਲਾ। ਤੁਹਾਡੇ ਕੋਲ ਗੱਡੀਆਂ ਕਿੰਨੀਆਂ? 2 ਗੱਡੀਆਂ ਮੇਰੇ, 2 ਗੱਡੀਆਂ। ਹਾਂਜੀ, ਸਿਕਿਉਰਿਟੀ ਕਿੰਨੀ ਹੈ ਸਰ? 31,000 ਦੱਸ ਦੇ ਸ਼ਾਇਦ। ਦੇਖੋ ਜੀ, ਅਸੀਂ 31,000 ਰੁਪਇਆ ਰੱਖੀ ਆ, ਅਸੀਂ ਹੋ ਸਕਦਾ ਉਹਦੇ 'ਚੋਂ ਅਸੀਂ ਘਟਾ ਵੀ ਦਈਏ, ਸਾਡਾ ਅਸੀਂ ਰੁਜ਼ਗਾਰ ਦੇਣਾ ਲੋਕਾਂ ਨੂੰ, ਅਸੀਂ ਸਾਡਾ ਕੋਈ ਪੈਸੇ ਖਾਣ ਦਾ ਮਸਲਾ ਨਹੀਂ ਗਾ ਵੀ ਅਸੀਂ ਕੋਈ, ਪਹਿਲਾਂ ਇਹ 40,000 ਰੁਪਇਆ ਵੀ ਲੈਂਦੇ ਰਹੇ, ਉਹ ਵੀ ਮੈਂ ਆਪਦੇ ਮਤਲਬ ਕਿ ਜਦੋਂ ਆਪਦੇ ਦੌਰ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੀ ਵੀ ਮਤਲਬ ਕਿ ਨਹੀਂ ਆਪਾਂ ਰੁਜ਼ਗਾਰ ਦੇਣਾ, ਉਹ ਵੀ 31 ਅਸੀਂ ਕਰਾਈ ਸੀ। ਹੋ ਸਕਿਆ ਜੇ ਕਿਸੇ ਨੂੰ ਰੁਜ਼ਗਾਰ ਮਿਲਦਾ, ਕੋਈ ਗਰੀਬ ਬੰਦਾ ਸੀ, ਹੋ ਸਕਦਾ ਉਹਦੀ ਇਦੋਂ ਵੀ ਘਟਾ ਦਈਏ, ਸਾਡਾ ਪੈਸੇ ਖਾਣ ਦਾ ਮਸਲਾ ਹੀ ਨਹੀਂ। ਜਦੋਂ ਸਰਕਾਰਾਂ ਬਦਲਦੀਆਂ, ਅਕਸਰ ਜਿੰਨੀਆਂ ਯੂਨੀਅਨਾਂ ਹੁੰਦੀਆਂ ਜਾਂ ਕੋਈ ਸੰਸਥਾ ਆਉਂਦੀਆਂ ਤਾਂ ਉਹਨਾਂ ਦੇ ਪ੍ਰਧਾਨ ਹੀ ਬਦਲ ਜਾਂਦੇ ਆ ਸਰਕਾਰਾਂ ਤੋਂ ਬਾਅਦ, ਜਿਹੜੀ ਸਰਕਾਰ ਦੇ ਉਸੇ ਸਰਕਾਰ ਦੇ ਪ੍ਰਧਾਨ ਬਣਦੇ ਆ, ਪਰ ਉਹ ਕਿਤੇ ਨਾ ਕਿਤੇ ਸਹਿਮਤੀ ਹੁੰਦੀ ਆ, ਪਰ ਇੱਥੇ ਕੋਈ ਸਹਿਮਤੀ ਤਾਂ ਦਿਸੀ ਨਹੀਂ ਕਿਸੇ ਤਰ੍ਹਾਂ ਦੀ। ਨਹੀਂ, ਦੇਖੋ ਸਹਿਮਤ ਸੀ ਜੀ, ਉਹ 5-4 ਬੰਦਿਆਂ ਨੇ ਹੀ ਇਲਜ਼ਾਮ ਜੀ, ਉਹਨਾਂ ਨੇ ਜਦੋਂ ਸਾਡੇ MLA ਸਾਹਿਬ ਆਉਣ ਲੱਗੇ ਤੇ ਉਹਨਾਂ ਨੇ ਅੰਦਰੋਂ ਬਾਰ ਲਾ ਲਏ ਜੀ। ਜਦੋਂ ਬਾਰ ਲਾ ਲਿਆ, ਫਿਰ ਤੁਸੀਂ ਦੱਸੋ ਵੀ ਜਦੋਂ ਬਾਰ ਲਾ ਲਿਆ ਔਖਾ ਤਾਂ ਹੁੰਦਾ ਹੀ, ਫਿਰ ਅਕਸਰ ਜਦੋਂ ਅਸੀਂ ਆਪਰੇਟਰ ਬਾਹਰ ਖੜ੍ਹੇ ਹਾਂ, ਉਹਨਾਂ ਦਾ ਮਰਜ਼ੀ ਨਹੀਂ ਸੀ ਲੈਣ ਦਾ, ਬਾਹਰ ਉਹ ਬਾਰ ਖੋਲਣ ਕਰਕੇ ਆਇਆ ਹੋਊਗਾ ਵੀ ਜਿਵੇਂ ਪਤਾ ਨਹੀਂ ਕੀ ਗੱਲ ਹੋ ਗਈ, ਕੋਈ ਇਹੋ ਜਿਹੀ ਗੱਲ ਨਹੀਂ। ਉਹ ਤਾਂ ਕਹਿੰਦੇ ਬਾਹਰ ਅਸੀਂ ਤਾਂ ਲਾਇਆ ਸੀਗਾ ਕਿ ਸਾਨੂੰ ਪਤਾ ਲੱਗਿਆ ਕਿ ਇਹਨਾਂ ਕੋਲ ਡਾਂਗਾਂ ਟੋਟੀਆਂ ਕਬਜ਼ਾ ਕਰਨਾ ਤਾਂ ਬਾਹਰ ਲਾਉਂਦੇ ਸੀ। ਬਿਲਕੁਲ ਨਹੀਂ, ਇਹ ਤੁਸੀਂ ਕਿਸੇ ਵੀ, ਤੁਸੀਂ ਮੈਨੂੰ ਵਿਖਾ ਦਿਓ ਵੀ ਬਾਹਰਲੇ ਬੰਦੇ ਕੋਲ ਇੱਕ ਡੰਡਾ ਵੀ ਹੋਵੇ, ਅੰਦਰ ਸਗਾਏ ਜਿਹੜੇ ਸੀਗੇ ਇਹਨਾਂ ਦੇ ਕੋਲ ਸੀਗੇ ਜੀ, ਇਹਨਾਂ ਕੋਲ ਸੀ, ਇਹਨਾਂ ਕੋਲ ਸਾਡੇ, ਤੁਸੀਂ ਬਾਹਰ ਪਹਿਲਾਂ ਤੁਸੀਂ ਕਿਸੇ ਵੀ ਮਤਲਬ ਕਿ ਮੀਡੀਆ ਵਾਲੇ ਤੋਂ ਜਾਂ ਕਿਸੇ ਵੀ ਪਹਿਲਾਂ ਜਿਹੜੀ ਬਾਹਰ ਸੜਕ ਦੇ ਉੱਤੇ ਆਪਣੇ ਸਾਡੇ ਆਪਰੇਟਰ ਵੀ ਖੜ੍ਹੇ ਸੀ, ਜਿਹੜੇ ਵਧੀਆ ਵਰਕ ਆਪਰੇਟਰ ਸੀ, ਮਾਣਦਾਰ ਆਪਰੇਟਰ ਸੀ, ਅਤੇ ਸਾਰੇ MLA, ਉਹਨਾਂ ਤੋਂ ਇੱਕ ਵੀ ਡੰਡਾ ਸਬੂਤ ਕਰ ਦਿਓ ਮੈਂ ਬੈਠਾ। ਉਹ ਜਿਹੜੇ ਪ੍ਰਧਾਨ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ, ਉਹ ਕਹਿੰਦੇ ਵੀ ਟਰੱਕ ਯੂਨੀਅਨ 'ਚ ਕਮਾਈ ਬੜੀ ਹੈ ਅਤੇ ਖਾਣ ਵਾਸਤੇ ਆਏ, ਕਮਾਈ ਕਰਨ ਵਾਸਤੇ ਆਏ ਆ। ਤੂੰ ਫਿਰ ਕਮਾਈ ਤੂੰ ਕਿੰਨੇ ਖਾਧੇ ਆ, ਉਹਨੂੰ ਪੁੱਛੋ ਇਹਦਾ ਵੀ ਤੂੰ ਖਾਧੇ ਆ ਉਹਨੂੰ, ਫਿਰ ਉਹ 1 ਮਿੰਟ ਸਰਕਾਰਾਂ ਆਈਆਂ ਜੀ, ਸਰਕਾਰਾਂ ਆਉਣ ਦੇ ਬਜਾਏ ਪ੍ਰਧਾਨ ਬਦਲਦੇ ਹੀ ਹੁੰਦੇ, ਬਿਲਕੁਲ ਬਦਲਦੇ। ਫਿਰ ਉਹ ਕਿਉਂ ਧਮਕੀ ਦਿੰਦਾ ਸੀ ਵੀ ਮੈਂ, ਮੈਨੂੰ ਬਦਲ ਕੇ ਵਿਖਾਓ, ਤੁਸੀਂ ਮੈਂ ਕਰ ਦੂੰ, ਐਂ ਕਰ ਦੂੰ।
ਅਸੀਂ ਤਾਂ ਫਿਰ ਵੀ ਨਿਮਰਤਾ ਸਿਹਤ ਮਿਲ ਕੇ ਕੋਈ ਬੰਦਾ ਕਹਿੰਦੇ ਵੀ ਕਿਸੇ 'ਤੇ ਚੋਟ ਲੱਗੀ ਹੋਵੇ ਉਹਨਾਂ ਦੇ ਸੱਟਾਂ ਤਾਂ ਵੱਜੀ ਉਹਨਾਂ ਦੀ ਇੱਕ ਦਾੜੀ ਪੱਟ ਦੀ ਕੋਈ ਦਾੜੀ ਪੱਟੀ ਦਾ ਕੋਈ ਸਬੂਤ ਸਾਡੇ ਕੈਮਰੇ ਦੇ ਵਿੱਚ ਉਹਨਾਂ ਨੇ ਦਿਖਾਈ ਹੈ ਦਾੜੀ ਪੱਟੀ ਉਹ ਤਾਂ ਵਾਲ ਵਾਹੇ ਵੇ ਵਾਲ ਅਸੀਂ ਚੈੱਕ ਕਰ ਲਏ ਕਿਸੇ ਦੇ ਵਾਲ ਸਿਰ ਵਾਹ ਕੇ ਉਹ ਵਾਲ ਰੱਖੀ ਬੈਠੇ ਤੁਸੀਂ ਪੜਤਾਲ ਕਰੋ ਉਹਦੀ ਜਾ ਕੇ ਕਿਸੇ ਦੇ ਦੇਖੋ ਦੇਖੋ ਪਤਾ ਕੀ ਹੈ ਜਿਹੜੇ ਸਾਡੇ ਆਪਰੇਟਰ ਆ ਬਹੁਤ ਇਮਾਨਦਾਰ ਆ ਕੋਈ ਦਿੱਕਤ ਨਹੀਂ ਕਿਸੇ ਦੀ ਕਿਸੇ ਨੇ ਦਾੜੀ ਨੂੰ ਹੱਥ ਨਹੀਂ ਪਾਇਆ ਕਿਸੇ ਦੇ ਕੁਛ ਨਹੀਂ ਹੁਣ ਦੇਖੋ ਜੇ ਕੋਈ ਕਿਸੇ ਨੂੰ ਕੋਈ ਥੱਪੜ ਮਾਰੂਗਾ ਅਗਲਾ ਤਾਂ ਮਾਰੂਗਾ ਹੀ ਪਰ ਜਦੋਂ ਯੂਨੀਅਨ ਦੇ ਵਿੱਚ ਪ੍ਰਧਾਨ ਬਦਲਦਾ ਜਦੋਂ ਸਰਕਾਰ ਬਦਲਦੀ ਹੈ ਪ੍ਰਧਾਨ ਬਦਲਦਾ ਐਮ ਐਲ ਏ ਬਦਲਦਾ ਪਰ ਐਮ ਐਲ ਏ ਇਸ ਤਰ੍ਹਾਂ ਨਹੀਂ ਜਾਂਦਾ ਖੁਦ ਹੀ ਜਾ ਕੇ ਉੱਥੇ ਜਾ ਕੇ ਮੈਂ ਪ੍ਰਧਾਨ ਨੂੰ ਬਿਠਾਉਣਾ ਐਮ ਐਲ ਏ ਤਾਂ ਘਰੇ ਹੁੰਦਾ ਉਹ ਆਪੇ ਸਹਿਮਤੀ ਨਾਲ ਜਿਸ ਤਰ੍ਹਾਂ ਉਹਦੀ ਅਡਜਸਟਮੈਂਟ ਹੋ ਜਾਂਦੀ ਹੈ ਪਰ ਪਹਿਲੀ ਨਹੀਂ ਦੇਖਿਆ ਕਿ ਐਮ ਐਲ ਏ ਖੁਦ ਜਾ ਕੇ ਉੱਥੇ ਜਾ ਕੇ ਵੀ ਜਦੋਂ ਵੋਟਾਂ ਮੰਗਣ ਜਾ ਸਕਦਾ ਐਮ ਐਲ ਏ ਹਾਂਜੀ ਯਾਰ ਬੇਨਤੀ ਕਰਕੇ ਆਪਰੇਟਰ ਨੂੰ ਭਾ ਵੀ ਸਕਦਾ ਯਾਰ ਚਲੋ ਇਸ ਗੱਲ ਨਾਲ ਵੀ ਸਹਿਮਤ ਹੈ ਪਰ ਉੱਥੇ ਜਿਹੜੀ ਨੌਜਵਾਨ ਹੈ ਜੀ ਸਾਡਾ ਐਮ ਐਲ ਏ ਥੋੜ੍ਹਾ ਜਿਹਾ ਜੋਸ਼ ਵੀ ਹੁੰਦਾ ਹਾਂਜੀ ਹਾਂਜੀ ਇਹ ਗੱਲ ਪਰ ਤੁਹਾਨੂੰ ਲੱਗਦਾ ਜੇ ਤੁਹਾਡੀ ਸਵਾਲ 'ਤੇ ਗੱਲ ਕਰਦਾ ਵੀ ਐਮ ਐਲ ਏ ਨੌਜਵਾਨ ਹੈ ਅਤੇ ਜੋਸ਼ ਹੁੰਦਾ ਤੁਹਾਨੂੰ ਲੱਗਦਾ ਨਹੀਂ ਫਿਰ ਜੋਸ਼ ਨੂੰ ਇਹ ਖਮਿਆਜ਼ਾ ਭਰਨਾ ਪਊ ਇਸ ਚੀਜ਼ ਦਾ ਨਹੀਂ ਖਮਿਆਜ਼ੇ ਵਾਲੀ ਕੋਈ ਗੱਲ ਹੀ ਨਹੀਂ ਦੇਖੋ ਸਾਰੇ ਬੰਦੇ ਸਹਿਮਤ ਹੈ ਪੰਜ ਚਾਰ ਬੰਦਿਆਂ ਦੀ ਦੇਖੋ ਹਰ ਘਰ 'ਚ ਸਮੱਸਿਆਵਾਂ ਹੁੰਦੀਆਂ ਜੇ ਨਹੀਂ ਗੱਲ ਜੇ ਨਹੀਂ ਹਰ ਘਰ 'ਚ ਸਮੱਸਿਆਵਾਂ ਹੁੰਦੀਆਂ ਅਤੇ ਉਹ ਅਸੀਂ ਬਹਿ ਕੇ ਸੋਰਟ ਆਊਟ ਕਰ ਲਾਂਗੇ ਕੋਈ ਗੱਲ ਨਹੀਂ ਦੋ ਚਾਰ ਦਿਨਾਂ ਦੀ ਗੱਲ ਹੈ ਉਹ ਵੀ ਸਾਡੇ ਹੀ ਭਰਾ ਹੈ ਸਾਡੇ ਨਾਲ ਹੀ ਆਉਣਾ ਉਹਨਾਂ ਨੇ ਉਹਨਾਂ ਨੂੰ ਅਸੀਂ ਮਨਾਵਾਂਗੇ ਜੀ ਜੀ ਪਰ ਕੋਈ ਸਾਡੀ ਉਹਨਾਂ ਨਾਲ ਕਿਸੇ ਕਿਸਮ ਦੀ ਕਿਸੇ ਨਾਲ ਕੋਈ ਨਿੱਜੀ ਲਾਗ ਡਾਟ ਕਿਸੇ ਨਾਲ ਨਿੱਜੀ ਦੁਸ਼ਮਣੀ ਉਹ ਸਾਡਾ ਆਪਸੀ ਮਸਲਾ ਹੈ ਹੋ ਜੂਗਾ ਹਾਂ ਟੋਟਲ ਗੱਡੀ ਕਿੰਨੀ ਹੈ ਪ੍ਰਧਾਨ ਜੀ ਟੋਟਲ ਗੱਡੀ ਸਾਢੇ ਕੁ 300 ਗੱਡੀ ਹੈਗੀ 350 ਗੱਡੀ ਆ ਚਲੋ ਵੈਸੇ ਉਹਨਾਂ ਵੱਲੋਂ ਦੱਸਿਆ ਗਿਆ ਕਿ 250 ਗੱਡੀ ਹੈਗੀ ਆ 350 ਲਾ ਲਓ ਚਲੋ 300 ਲਾ ਲਓ ਬਰੋਡ ਫਿੰਗਰ 300 ਲਾ ਲਓ 300 ਗੱਡੀ ਦੇ ਵਿੱਚੋਂ 200 ਗੱਡੀ ਲਗਭਗ ਉਹਨਾਂ ਕੋਲ ਉੱਥੇ ਚਲੇ ਗਈ ਉਹਨਾਂ ਦੇ ਨੇਮ ਜਿਹੜਾ ਲਿਖਿਆ ਹੋਇਆ ਉਹ ਤਾਂ ਜੀ ਆਪੇ ਹੀ ਨੰਬਰ ਲਿਖੀ ਬੈਠੇ ਆ ਅਸੀਂ ਫੋਨ ਮਾਰ ਕੇ ਹੁਣ ਟੈਲੀ ਕਰ ਰਹੇ ਹਾਂ ਉਹ ਕਹਿੰਦੇ ਅਸੀਂ ਤਾਂ ਲਿਖਾਇਆ ਹੀ ਨਹੀਂ ਉਹਨਾਂ ਨੰਬਰ ਆਪੇ ਨੰਬਰ ਲਿਖ ਕੇ ਤੇ ਬੈਠੇ ਆ ਆਪੇ ਲਿਖ ਕੇ ਬੈਠੇ ਆਪੇ ਲਿਖ ਕੇ ਬੈਠੇ ਕੀ ਲੱਗਦਾ ਹੁਣ ਤੁਹਾਨੂੰ ਤੁਸੀਂ ਉਹਨਾਂ ਨੂੰ ਮਨਾ ਲਓਗੇ ਨਹੀਂ ਦੇਖੋ ਸਾਡੇ ਭਰਾ ਆ ਜੀ ਅਸੀਂ ਉਹਨਾਂ ਨੂੰ ਮਨਾਵਾਂਗੇ ਅਸੀਂ ਉਹਨਾਂ ਦੀ ਰੁਜ਼ਗਾਰ ਦੀ ਖਾਤਰ ਹੀ ਇਹ ਮੈਨੂੰ ਕਿਸੇ ਅਹੁਦੇਦਾਰੀ ਦੀ ਨਹੀਂ ਲੋੜ ਤੁਸੀਂ ਮੇਰੇ ਟਰੱਕ ਯੂਨੀਅਨ ਦੇ ਵਿੱਚ ਜਦੋਂ ਪਕਾਰ ਹੋਊ ਪੰਜ ਵਾਲੀ ਕਿਤੇ ਉਦੋਂ ਵਿਊ ਲੈ ਲਿਓ ਜੇ ਵੀ ਮੈਨੂੰ ਕਿਸੇ ਚੀਜ਼ ਦਾ ਲਾਲਚ ਹੋਵੇ ਜੀ ਜੀ ਮੈਂ ਤਾਂ ਉਹਨਾਂ ਨਾਲ ਇਹ ਵਾਅਦੇ ਕਰੇ ਵੀ ਆਪਾਂ ਰਲ ਮਿਲ ਕੇ ਕੰਮ ਚਲਾਉਣਾ ਜਿਹੜੇ ਠੇਕੇਦਾਰ ਵਿੱਚੋਂ ਪੈਸੇ ਖਾਂਦੇ ਆਪਾਂ ਉਹਨਾਂ ਨੂੰ ਵੀ ਰੋਕਣਾ ਇੱਕ 10-10 ਰੁਪਈਏ ਦਾ ਜਿਹੜਾ ਬਨਸਾਬ ਆ ਤੁਹਾਨੂੰ ਅਸੀਂ ਦੇਵਾਂਗੇ ਇਹ ਤੋਂ ਪਹਿਲਾਂ ਖਾਂਦੇ ਰਹੇ ਹੁਣ ਉਹ ਜਿਹੜੇ ਖਾਂਦੇ ਸੀ ਉਹਨਾਂ ਦੇ ਭਾਅ ਦੀ ਬਣੀ ਪਈ ਅਸੀਂ ਇਹ ਸਾਡੇ ਭਰਾਇਆ ਸੀ ਇਹਨਾਂ ਨੂੰ ਭਾਵੇਂ ਮਿਹਨਤ ਕਰਕੇ ਲਈ ਅਸੀਂ ਲਿਆਵਾਂਗੇ ਅਸੀਂ ਇੱਕ ਰੁਜ਼ਗਾਰ ਹੈ ਸਾਡਾ ਜਦੋਂ ਇਸ ਕਮਰੇ 'ਤੇ ਐਂਟਰ ਕੀਤਾ ਸੀ ਅਤੇ ਸੋਸ਼ਲ ਮੀਡੀਆ 'ਤੇ ਤੁਸੀਂ ਦੇਖਿਆ ਸੀਗਾ ਕਿ ਨਾਂ ਨੂੰ ਮਿਟਾਉਂਦੇ ਹੋਇਆਂ ਤੁਸੀਂ ਦੇਖ ਸਕਦੇ ਹੋ ਕਿ ਨਾਂ ਨੂੰ ਜਿਹੜਾ ਹੈਗਾ ਮਿਟਾਇਆ ਗਿਆ ਇਹਨੂੰ ਕਿਉਂ ਮਿਟਾਇਆ ਗਿਆ ਇਹ ਵੀ ਇੱਕ ਸਵਾਲ ਖੜਾ ਜ਼ਰੂਰ ਹੁੰਦਾ ਉੱਥੇ ਹੀ ਵਾਈਸ ਪ੍ਰਧਾਨ ਨੇ ਇਹ ਗੱਲ ਕਹੀ ਹੈ ਕਿ ਕੁਛ ਸ਼ਰਾਰਤੀ ਅੰਤਰ ਸਾਡੇ ਦੇ ਵਿੱਚ ਸੀਗੇ ਜਿਨ੍ਹਾਂ ਨੇ ਇਹ ਚੀਜ਼ ਕੀਤੀ ਹੈ ਅਸੀਂ ਵੀ ਇਸ ਚੀਜ਼ ਨੂੰ ਬੁਰਾ ਬਣਾਇਆ ਸੋ ਉਹਨਾਂ ਨੇ ਵੀ ਇਹ ਚੀਜ਼ ਮੰਨੀ ਹੈ ਕਿ ਅਸੀਂ ਇਸ ਨੂੰ ਬੁਰਾ ਬਣਾਇਆ ਕਿ ਜੋ ਨਾਮ ਨੂੰ ਢਾਇਆ ਗਿਆ ਅਸੀਂ ਸਾਰਾ ਜੇ ਤੁਸੀਂ ਕਹਿੰਦੇ ਹੋ ਸਾਰਾ ਕੁਝ ਸਹਿਮਤੀ ਨਾਲ ਹੋਇਆ ਸੋਸ਼ਲ ਮੀਡੀਆ 'ਤੇ ਜਦੋਂ ਤੁਸੀਂ ਉੱਥੇ ਗਏ ਹਾਂ ਅਤੇ ਕੋਈ ਤੁਹਾਡੇ ਬੰਦੇ ਇਸ ਤਰ੍ਹਾਂ ਕਿ ਨਾਮ ਮਿਟਾਈ ਜਾਂਦੇ ਸੀ ਪੁਰਾਣੇ ਪ੍ਰਧਾਨ ਦਾ ਕੰਨ ਦੇ ਉੱਪਰ ਲਿਖਿਆ ਤੁਹਾਡੇ ਦਫ਼ਤਰ ਦੇ ਉੱਤੇ ਪਰ ਉਹ ਕਿਉਂ ਨਾਮ ਕਿਉਂ ਮਿਟਾਓ ਹੋਰ ਕਈ ਬੰਦੇ ਐਵੇਂ ਜੀ ਭਾਵੁਕ ਹੋ ਜਾਂਦੇ ਆ ਜੀ ਜੀ ਤੁਸੀਂ ਸਿਆਣੇ ਜਦੋਂ ਕੋਈ ਹੁਣ ਐਡੀ ਬਗਲੇ ਦੇ ਵਿੱਚ ਕੋਈ ਮਾੜਾ ਮੋਟਾ ਹੋਵੇ ਤਾਂ ਮੈਂ ਕਹਿ ਵੀ ਨਹੀਂ ਸਕਦਾ ਆਪ ਮੁਹਾਰੇ ਹੋ ਜਾਂਦੇ ਆਪ ਮੁਹਾਰੇ ਹੋ ਜਾਂਦੇ ਹੁਣ ਇਸ ਚੀਜ਼ ਨੂੰ ਵੈਸੇ ਅਸੀਂ ਵੀ ਬੁਰਾ ਮਨਾਉਂਦੇ ਅਸੀਂ ਵੀ ਇਸ ਚੀਜ਼ ਨੂੰ ਕਹਿੰਦੇ ਜਿਹੜਾ ਥੋੜ੍ਹਾ ਮੋਟਾ ਵੀ ਕਿਤੇ ਤਕਰਾਰ ਹੋਇਆ ਗਲਤ ਹੋਇਆ ਪਰ ਉਹ ਉਹਨਾਂ ਦੇ ਕਸੂਰ ਨਾਲ ਹੋਇਆ ਸਾਡੇ ਕਿਸੇ ਵਰਕਰ ਵੱਲੋਂ ਕਿਸੇ ਸਾਡੇ ਆਮ ਆਦਮੀ ਕਿਸੇ ਵੱਲੋਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਉਹਨਾਂ ਦੇ ਪੈਰਾਂ ਤੋਂ ਹੋਇਆ ਜਿਹੜੇ ਪ੍ਰਧਾਨ ਜੀ ਨੂੰ ਚੁਣੇ ਗਏ ਤੁਸੀਂ ਵਾਈਸ ਪ੍ਰਧਾਨ ਹੋ ਉਹ ਪ੍ਰਧਾਨ ਜੀ ਕੋਲ ਕਿੰਨੇ ਵਹੀਕਲ ਕਿੰਨੀਆਂ ਗੱਡੀਆਂ ਉਹਨਾਂ ਕੋਲ ਦੇਖੋ ਜੀ ਵਹੀਕਲ ਭਾਵੇਂ ਨਹੀਂ ਪਰ ਅਸੀਂ ਜਿਹੜੀ ਸਾਡੀ ਆਉਣ ਵਾਲੀ ਨੀਤੀ ਹੈ ਅਸੀਂ ਪੜ੍ਹੇ ਲਿਖੇ ਨੌਜਵਾਨ ਵਿੱਚ ਪਾਉਣ ਲੱਗੇ ਹਾਂ ਪਹਿਲਾਂ ਸਾਡੇ ਹੁਣ ਤੁਸੀਂ ਲੈ ਲਓ ਜਿਹੜੇ ਪਹਿਲਾਂ ਉਹਨਾਂ ਨੂੰ ਐਂ ਨਹੀਂ ਪਤਾ ਹੁੰਦਾ ਵੀ ਟੈਂਡਰ ਕਿੱਥੇ ਪਾਉਣੇ ਕੀ ਕਰਨਾ ਹੈ ਅਤੇ ਉਹ ਠੱਗੀਆਂ ਦਾ ਸ਼ਿਕਾਰ ਹੋਈ ਜਾਂਦੇ ਸੀ ਹੁਣ ਅਸੀਂ ਮਤਲਬ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਸਾਡੀ ਅਸੀਂ ਉਹਨਾਂ ਨੂੰ ਪੜ੍ਹੇ ਲਿਖਿਆਂ ਨੂੰ ਵਿੱਚ ਵਾਣ ਲੱਗੇ ਹਾਂ ਵੀ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਕਿੰਨਾ ਪੈਸਾ ਆਉਂਦਾ ਸੀ ਕਿੰਨਾ ਸਾਡੇ ਮਤਲਬ ਕਿ ਪ੍ਰਧਾਨ ਖਾਂਦੇ ਸੀਗੇ ਅਸੀਂ ਉਸ ਚੀਜ਼ ਕਰਕੇ ਇਸ ਬੱਚਿਆਂ ਨੂੰ ਇਹਨੂੰ ਚੰਗੇ ਸੀ ਐੱਲ ਐੱਲ ਬੀ ਕਰੀ ਵੀ ਆ ਜਿਹੜੇ ਹੁਣ ਇਹਦਾ ਮਤਲਬ ਜਿਹੜੇ ਹੁਣ ਪ੍ਰਧਾਨ ਬਣੇ ਆ ਉਹਨਾਂ ਕੋਲ ਕੋਈ ਟਰੱਕ ਕੋਈ ਗੱਡੀ ਨਹੀਂ ਹੈਗੀ ਕੁਛ ਨਹੀਂ ਹੈਗਾ ਤੇ ਉਹਨਾਂ ਦੀ ਹੈਗਾ ਇੱਕ ਟਰੱਕ ਹੈਗਾ ਉਹਦੇ ਚਾਚੇ ਕੋਲੇ ਵੈਸੇ ਉਹਨਾਂ ਦੇ ਨਾਮ ਤਾਂ ਨਹੀਂ ਹੈਗਾ ਚਾਚੇ ਕੋਲੇ ਆਏ ਤਾਂ ਪੀੜ੍ਹੀ ਦਾ ਹੈਗਾ ਛੋਟਾ ਜਿਹਾ ਸ਼ਹਿਰ ਹੈ ਚਾਚੇ ਭਤੀਜੇ ਦਾ ਗਾਂਹ ਦੇ ਗਾ ਹੁੰਦੇ ਹੀ ਹੁੰਦੇ ਹੀ ਆ ਪਰ ਉਹਨਾਂ ਦੇ ਨਾਮ ਨਹੀਂ ਖੁਦ ਦੇ ਨਾਮ ਨਹੀਂ ਹੈਗਾ ਉਹਨਾਂ ਦੇ ਮਾਤਾ ਪਿਤਾ ਬੱਚਾ ਜੀ ਉਹ ਪੜ੍ਹਦਾ ਉਹਦੇ ਨਾਂ ਕੀ ਹੋਊਗਾ ਜੀ ਜੀ ਪਿਓ ਐਡੀ ਛੇਤੀ ਕਿਵੇਂ ਚੀਜ਼
ਆਪਦਾ ਪ੍ਰੋਪਰਟੀ ਕਿਸੇ ਦੇ ਨਾਂ ਕਰਾ ਦਿਓ। ਇੱਕ ਰਿਕਸ਼ਾ ਯੂਨੀਅਨ ਆ ਜਾਂ ਮੋਚੀ ਦੀ ਯੂਨੀਅਨ ਆ ਜਾਂ ਟੈਕਸੀ ਸਟੈਂਡ ਦੀ ਯੂਨੀਅਨ ਆ, ਉਹਨਾਂ ਦਾ ਪ੍ਰਧਾਨ ਉਹੀ ਚੁਣਿਆ ਜਾਂਦਾ ਜਿਹਦੀ ਸਿਕਿਉਰਿਟੀ ਹੋਵੇ ਜਾਂ ਜਿਹਦਾ ਵਹੀਕਲ ਹੋਵੇ ਕਿ ਉਹਨੂੰ ਦੁੱਖ ਦਾ ਪਤਾ ਹੁੰਦਾ ਕਿੱਥੋਂ ਮਾਰ ਪੈਂਦੀ ਹੈ ਕਿੱਥੋਂ ਕੀ ਗੱਲਬਾਤ ਆ, ਉਹ ਦੂਜਿਆਂ ਦਾ ਦੁੱਖ ਸਮਝਦਾ। ਤੁਹਾਨੂੰ ਲੱਗਦਾ ਨਹੀਂ ਕਿ ਪ੍ਰਧਾਨ ਦੇ ਕੋਲ ਜਿਹੜਾ ਖੁਦ ਪ੍ਰਧਾਨ ਉਹਦੇ ਕੋਲ ਇੱਕ ਵਹੀਕਲ ਹੋਵੇ, ਇੱਕ ਟਰੱਕ ਹੋਵੇ, ਉਹਨੂੰ ਆਪ ਨੂੰ ਪਤਾ ਲੱਗੇ ਵੀ ਹਾਂ ਮੈਂ ਇੱਥੋਂ ਇੱਥੋਂ ਮੈਨੂੰ ਮਾਰ ਪੈਂਦੀ ਹੈ ਅਤੇ ਮੈਂ ਆਪਰੇਟਰਾਂ ਵਾਸਤੇ ਆਹ ਕੁਛ ਕਰਨਾ, ਇਹ ਜ਼ਰੂਰੀ ਨਹੀਂ ਹੈਗਾ। ਮੇਰੀ ਉਹਨਾਂ ਨੇ ਜ਼ਿੰਮੇਵਾਰੀ ਲਾਈ ਹੈ ਜੀ, ਮੇਰੀ ਉਹਨਾਂ ਨੇ ਜ਼ਿੰਮੇਵਾਰੀ ਲਾਈ ਹੈ ਜੀ ਜੀ, ਮੈਂ ਇਹਨਾਂ ਦੇ ਸਾਰੇ ਦੁੱਖ ਦਾ ਸਮਝਦਾ ਜੀ ਜੀ, ਮੈਂ ਸੋਲੂੜੀ ਕਰੂੰਗਾ ਜੀ ਜੀ, ਇਹੋ ਜਿਹੀ ਗੱਲ ਨਹੀਂ, ਉਹਨਾਂ ਨੇ ਮੇਰੀ ਫੁੱਲ ਪਤਾ ਫੁੱਲ ਜ਼ਿੰਮੇਵਾਰੀ ਹੈ, ਮੈਂ ਡਿਊਟੀ ਨਿਭਾਊਂਗਾ ਜੀ ਜੀ। ਸੋ ਅਸੀਂ ਉਹਨੂੰ ਜਿਹੜਾ ਮਤਲਬ ਕਿ ਵੀ ਉੱਪਰਲਾ ਕੰਮ ਅਸੀਂ ਲਿਖਤ ਪੜਤਾਲਾ ਉਹਨੂੰ ਸੰਭਾਵਾਂਗੇ, ਜਿਹੜਾ ਅਸੀਂ ਥੱਲੇ ਆ ਸਾਡਾ ਕੋਈ ਜੋ ਵੀ ਜੂਨੀਅਰ ਦਾ ਮਸਲਾ ਅਸੀਂ ਹੱਲ ਕਰਾਂਗੇ। ਪਰ ਜਿਹੜੇ ਪੁਰਾਣੇ ਆਪਰੇਟਰ ਉਹਨਾਂ ਨੂੰ ਇਹ ਕਿਹਾ, ਉਹ ਕਹਿੰਦੇ ਅਸੀਂ ਉਹਨਾਂ ਦੇ ਨਾਲ ਰਲ ਕੇ ਨਹੀਂ ਚੱਲਣਾ, ਅਸੀਂ ਆਪਣੀ ਯੂਨੀਅਨ ਅਲੱਗ ਰੱਖਣੀ ਆ, ਜੇ ਟੈਂਡਰ ਸਾਡੇ ਵੱਲੋਂ ਭਰੇ ਗਏ ਆ ਜੇ ਸਾਡੇ 'ਚੋਂ ਇੰਟਰਫੇਅਰ ਕਰਨਗੇ ਅਸੀਂ ਲੜ ਨਹੀਂ ਸਕਦੇ, ਅਸੀਂ ਆਪਣੀਆਂ ਗੱਡੀਆਂ ਵੇਚ ਦਾਂਗੇ ਜਾਂ ਅਸੀਂ ਫਾਈਲ ਲੈ ਲਾਂਗੇ। ਨਹੀਂ ਨਹੀਂ ਅਸੀਂ ਕਿਸੇ ਨੂੰ ਵੇਚਣ ਨਹੀਂ ਦਿੰਦੇ ਜੀ, ਇਹ ਜਦੋਂ ਵੀ ਪ੍ਰਧਾਨ ਬਦਲਾ ਇਹੋ ਜਿਹੇ ਮੈਟਰ ਹੁੰਦੇ ਹੀ ਆ, ਅਸੀਂ ਸਮੱਸਿਆ ਹੱਲ ਕਰ ਲੈਂਦੇ, ਸਾਨੂੰ ਸਾਡੇ ਘਰ ਦੀ ਸਮੱਸਿਆ ਦਾ ਹੱਲ ਹੈਗਾ ਅਸੀਂ ਉਹਨਾਂ। ਪਰ ਫਿਲਹਾਲ ਤਾਂ ਉਹਨਾਂ ਬੰਦੇ ਇਹੀ ਕਹਿ ਰਹੇ, ਚਾਹੇ ਇਮੋਸ਼ਨਲ ਹੋ ਕੇ ਕਹਿ ਰਹੇ, ਉਹ ਕਹਿੰਦੇ ਅਸੀਂ ਟਰੱਕ ਵੇਚ ਕੇ ਅਸੀਂ ਫਾਈਲ ਲੈ ਲਾਂਗੇ। ਨਹੀਂ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕੋਈ ਜੀ ਨਾ ਹੀ ਹੋਵੇ ਨਾ ਹੀ ਅਸੀਂ ਹੋਣ ਦੇਵਾਂਗੇ, ਉਹ ਸਾਡੇ ਭਰਾ ਹੈ, ਅਸੀਂ ਉਹਨਾਂ ਨੂੰ ਲਿਆਵਾਂਗੇ ਅਤੇ ਇੱਜ਼ਤ ਪਾਉਣ ਨਾਲ ਲਿਆਵਾਂਗੇ, ਉਹਨਾਂ ਦਾ ਰੁਜ਼ਗਾਰ ਚਲਾਵਾਂਗੇ, ਉਹਨਾਂ ਨੂੰ ਪਹਿਲਾਂ ਨਾਲ ਉਹਨਾਂ ਦੀ ਆਮਦਨ ਵੀ ਵਧਾਵਾਂਗੇ, ਫਿਰ ਉਹਨਾਂ ਨੂੰ ਪਤਾ ਲੱਗੂ ਵੀ ਆਮ ਆਦਮੀ ਪਾਰਟੀ ਆਉਣ ਲੱਗਿਆ ਆਈ ਹੈ ਤਾਂ ਹੁਣ ਕੀ ਬਦਲਾਅ ਆ, ਅਸੀਂ ਬਦਲਾਅ ਲਿਆਵਾਂਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਮੌਜੂਦਾ ਪ੍ਰਧਾਨ ਫਿਲਹਾਲ ਨਹੀਂ ਹੈ ਟਰੱਕ ਯੂਨੀਅਨ ਦੇ ਜੈਤੋ ਦੇ ਵਿੱਚ, ਵਾਈਸ ਪ੍ਰਧਾਨ ਆ ਸਾਡੇ, ਇਹਨਾਂ ਨਾਲ ਗੱਲਬਾਤ ਹੋਈ ਹੈ। ਮੌਜੂਦਾ ਪ੍ਰਧਾਨ ਦੇ ਜਿਹੜੇ ਹੈਗੇ ਉਹਨਾਂ ਕੋਲ ਟਰੱਕ ਯੂਨੀਅਨ ਦੀ ਬੇਸ਼ੱਕ ਸਿਕਿਉਰਿਟੀ ਨਹੀਂ ਆ, ਟਰੱਕ ਉਹਨਾਂ ਕੋਲ ਟਰੱਕ ਵੀ ਨਹੀਂ ਆ, ਪਰ ਵਾਈਸ ਪ੍ਰਧਾਨ ਜਿਹੜੇ ਹੈਗੇ ਆ ਇਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਜ਼ਰੂਰ ਟਰੱਕ ਹੈਗੇ ਆ। ਸੋ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਊਗਾ। ਇਹਨਾਂ ਦਾ ਕਹਿਣਾ ਕਿ ਅਸੀਂ ਪੁਰਾਣੇ ਆਪਰੇਟਰਾਂ ਨੂੰ ਜ਼ਰੂਰ ਮਨਾ ਲਾਂਗੇ, ਮੰਨਣਗੇ ਜਾਂ ਨਹੀਂ ਮੰਨਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾ ਪਰਸਨ ਦੀਪਕ ਗੱਡਵਾਲ ਦੇ ਨਾਲ ਮੈਂ ਸੁਨੀਲ ਜਿੰਦਲ, ਪ੍ਰਾਈਮ ਅਤੇ ਜੈਤੋ। यदि आपकी लाइफ में कोई समस्या आ रही हो, जैसे वशीकरण, लव मैरिज, पति पत्नी में अनबन, या खोया प्यार वापस पाना हो, या फिर इंटरकास्ट मैरिज के लिए घर वालों को मनाना हो, या फिर काला जादू, कोई भी समस्या हो तो आप हमें तुरंत घर बैठे कॉल करें या फिर आप हमें व्हाट्सएप कर सकते हैं।